ਜਿਹੜੇ ਨਾ ਜਿਹੜੀ ਕਨਸੈਂਟ੍ਰੇਸ਼ਨ ਹੈ ਔਰ ਫੋਕਸ ਤੁਸੀਂ ਕਰ ਰਹੇ ਹੋ ਅੱਲਾ ਦੀ ਜ਼ਾਤ ਦੇ ਉੱਪਰ, ਉਹ ਇਹਨਾਂ ਉਹ ਡਾਈਵਰਟ ਕਰ ਦੇਵੇ, ਦਿਲ ਵਿੱਚ ਵਸਵਸੇ ਪੈਦਾ ਕਰ ਦੇਣਾ। ਤੇ ਇਸ ਤਰ੍ਹਾਂ ਜਿਹੜਾ ਨਾ ਕਈ ਲੋਕ ਏਥੀਅਸ ਬਣ ਜਾਂਦੇ ਨੇ, ਕਈ ਲੋਕ ਜਿਹੜਾ ਨਾ ਉਹ ਚੰਨ ਦੀ, ਸੂਰਜ ਦੀ, ਗਾਏ ਦੀ, ਕਬਰਾਂ ਦੀ ਔਰ ਆਸਥਾਨਾਂ ਦੀ ਔਰ ਜਿੰਨਾ ਦੀ, ਸ਼ੈਤਾਨਾਂ ਦੀ, ਸਾਰੇ ਦੀ ਇਬਾਦਤਾਂ ਸ਼ੁਰੂ ਕਰ ਦਿੰਦੇ ਨੇ। ਗਰੀਬਤ ਔਰ ਚੁਗਲਖੋਰੀ ਇਹ ਬੜੀ ਵੱਡੀ, ਕਹਿੰਦੇ ਨੇ ਕਿ ਇਹ ਗਰੀਬਤ ਕਰਨਾ ਵੀ ਇੱਕ ਜਾਦੂਗਰੀ ਹੈ, ਕਿ ਆਮ ਜਿਹੜਾ ਜਾਦੂ ਹੈ ਉਹ ਤਾਂ ਈਜ਼ੀ ਹੈ, ਲੇਕਿਨ ਚੁਗਲਖੋਰੀ ਔਰ ਗਰੀਬਤ ਐਸੀ ਹੈ ਕਿ ਵੱਡੇ 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 ਲੋਕ, ਵੱਡੇ ਵੱਡੇ ਕੁਰਾਨ ਔਰ ਨਮਾਜ਼ਾਂ ਪੜ੍ਹਨ ਵਾਲੇ ਲੋਕ ਇਸ ਚੀਜ਼ ਦੇ ਵਿੱਚ ਮੁਬਤਲਾ ਹੋ ਜਾਂਦੇ ਨੇ। ਅਤੇ ਇੱਕ ਛੁੱਪੀ ਦੀ ਜਿਹੜੇ ਨਾ ਬੜੀ ਇੱਕ ਕੰਪਲੀਕੇਟਡ ਜਿਹੜਾ ਨਾ ਉਹ ਜਾਦੂਗਰੀ ਹੈ, ਜਿਹੜੇ ਸ਼ੈਤਾਨ ਜਿਹੜੇ ਰਸਤੇ 'ਚ ਅੰਦਰ ਆਉਂਦਾ ਹੈ। ਇਸ ਤਰ੍ਹਾਂ ਜਿਹੜਾ ਨਾ ਔਰਤਾਂ ਦਾ ਜਿਹੜਾ ਨਾ ਪਰਦੇ ਦੇ ਬਾਰੇ 'ਚ ਕਿ ਕਦੀ ਜਿਹੜਾ ਨਾ ਮੈਂ ਕੋਡ ਕਰਾਂਗਾ, ਟਾਈਮ ਹੋਏਗਾ ਕਿਸੇ ਜਗ੍ਹਾ ਤੋਂ, ਪਰ ਇੱਕ 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 ਤਲਬੀਸੇ ਬਲੀਸ ਇੱਕ ਬੁੱਕ ਹੈ ਇਮਾਮ ਇਬਨੀ ਜੋਜ਼ੀ ਦੀ, ਮੈਨੂੰ ਅੱਜ ਤੋਂ ਜਿਹੜਾ ਨਾ ਕੋਈ ਕਾਫੀ ਸਾਲ ਪਹਿਲੇ ਕਿਸੇ ਨੇ ਰਿਕਮੈਂਡ ਕੀਤੀ, ਔਰ ਅੱਲਾ ਭਲਾ ਕਰਿਆ ਇੱਕ ਇਨਸਾਨ ਦਾ, ਮੇਰੀ ਵਾਈਫ ਦਾ ਕਜ਼ਨ ਹੈ, ਉਹ ਟੈਕਸਿਸ ਦੇ ਵਿੱਚ, ਉਹਨੇ ਮੈਨੂੰ ਆਪਣੇ ਵਾਲਦ ਸਾਹਿਬ ਨੂੰ ਕਹਿ ਕੇ, ਚੱਲ ਪਾਕਿਸਤਾਨ ਤੋਂ, ਲਾਹੌਰ ਤੋਂ, ਪਤਾ ਨਹੀਂ ਕਿੱਥੋਂ ਕਿੱਥੋਂ ਢੂੰਡ ਕੇ ਜਿਹੜਾ ਨਾ ਉਹਨੇ ਫਿਰ ਮੈਨੂੰ ਕੈਨੇਡਾ 'ਚ ਭੇਜੀ। ਬੜੀ ਜ਼ਬਰਦਸਤ ਬੁੱਕ ਹੈ ਉਹ, ਇਮਾਮ ਇਬਨ ਜੋਜ਼ੀ ਰਹਿਮਤੁਲਾ ਅਲੇ, ਅੱਜ ਤੋਂ ਤਕਰੀਬਨ 10 ਸਦੀਆਂ ਪਹਿਲੇ ਉਹ ਕਿਤਾਬ ਲਿਖੀ ਦੀ ਸੀ, ਅਤੇ ਉਹਦਾ ਉਰਦੂ ਤਰਜਮਾ ਹੋਇਆ। ਉਹ ਬੇਸਿਕਲੀ ਸ਼ੈਤਾਨ ਦੀ ਸ਼ੈਤਾਨੀਅਤ ਦੇ ਉੱਪਰ ਹੈ ਕਿ ਕਿਹੜੇ ਕਿਹੜੇ ਤਰੀਕੇ ਨਾਲ ਹਮਲਾਵਰ ਹੁੰਦਾ ਹੈ, ਔਰ ਬੜੀ ਇੱਕ ਪਾਏ ਦੀ ਕਿਤਾਬ ਹੈ ਅਗਰ ਕਿਸੇ ਨੂੰ ਟਾਈਮ ਮਿਲਿਆ। ਤਾਂ ਉਹਦੇ ਵਿੱਚ ਦੋ ਟੂਲਸ, ਉਹਦੇ 'ਚ ਕਾਫੀ ਇਮਾਮ ਇਬਨ ਜੋਜ਼ੀ ਨੇ ਮਟੀਰੀਅਲ ਦੱਸਿਆ ਇਬਲੀਸ ਦੇ ਨਾਲ, ਅਤੇ ਜਿਹੜੇ ਟੂਲਸ ਨੇ, ਜਿਹੜੇ ਮੇਨ ਦੋ ਟੂਲਸ ਨੇ ਨੂੰ ਨੂੰ ਜਿਹੜੇ ਹਬੀਲ ਔਰ ਕਬੀਲ ਤੋਂ ਵੀ ਜਿਹੜੀ ਕਹਾਣੀ ਸ਼ੁਰੂ ਹੋਈ, ਪਹਿਲੇ ਕਤਲ ਕਰਵਾਇਆ ਔਰ ਸਾਰੀਆਂ ਚੀਜ਼ਾਂ ਤੋਂ ਬਾਅਦ, ਜਿਹੜੇ ਦੋ ਮੇਨ ਟੂਲ ਸੀ, ਕਿਉਂਕਿ ਇੱਕ ਹਬੀਲ ਔਰ ਕਬੀਲ ਇੱਕ ਨੇ ਸਹਿਰਾ, ਇੱਕ ਨੇ ਪਹਾੜਾਂ ਦੇ ਉੱਪਰ ਜਿਹੜਾ ਨਾ ਬਸੇਰਾ ਕੀਤਾ, ਇੱਕ ਨੇ ਮੈਦਾਨਾਂ ਦੇ ਉੱਪਰ, ਅਤੇ ਇੱਕ ਦੀਆਂ ਔਰਤਾਂ ਖੂਬਸੂਰਤ ਸੀ, ਇੱਕ ਦੇ ਮਰਦ ਖੂਬਸੂਰਤ ਸੀ, ਤਾਂ ਉਹਨਾਂ ਇੱਕ ਉਰਿਆਨੀਅਤ ਸ਼ੁਰੂ ਕਰਵਾਈ ਉਹਨਾਂ ਕੋਲੋਂ, ਔਰ ਉਹਨਾਂ ਨੂੰ ਗਾਣਾ ਬਾਣਾ ਸ਼ੁਰੂ ਕਰਾਇਆ। ਅਤੇ ਇਹ ਅੱਜ ਬੰਦੇ ਅਕਸਰ ਪੁੱਛਦੇ ਨੇ ਜੀ, ਔਰ ਲੜਕੀ ਦਾ ਸ਼ਰਟ ਕਿੰਨੀ ਉੱਪਰ ਹੋਣੀ ਚਾਹੀਦੀ ਹੈ, ਬਾਜ਼ੂ ਨਜ਼ਰ ਆਉਣੇ ਚਾਹੀਦੇ ਨੇ, ਗਲਾ ਕਿੰਨਾ ਹੋਣਾ ਚਾਹੀਦਾ ਵਾ, ਕਿਹੜੀ ਚੀਜ਼ ਪੈਂਟ ਪਾ ਸਕਦੀ ਹੈ, ਨਹੀਂ ਪਾ ਸਕਦੀ, ਔਰ ਇਹੋ ਜਿਹੇ ਹਜ਼ਾਰ ਹਾਂ ਸਵਾਲ ਨੇ। ਸਿੰਪਲੀ ਗੱਲ ਇਹ ਵਾ ਕਿ ਔਰਤ ਜਿਹੜਾ ਨਾ ਚਿਹਰੇ ਔਰ ਹੱਥਾਂ ਤੋਂ ਇਲਾਵਾ ਕਿਸੇ ਵੀ ਮਜ਼ਹਬ, ਮਤਲਬ ਉਹ ਤੁਸੀਂ ਹੈਰਾਨ ਹੋ ਗਏ ਸੁਣ ਕੇ ਕਿ ਈਸਾਈਅਤ ਦੇ ਅੰਦਰ ਔਰ ਯਹੂਦੀਅਤ ਦੇ ਅੰਦਰ ਵੀ, ਕਿਸੇ ਵੀ ਫਿੱਕੇ 'ਚ ਤੁਸੀਂ ਚਲੇ ਜਾਓ, ਇਸਲਾਮ ਦੇ ਆਪਣੇ ਅੰਦਰ, ਅਨਲੈਸ ਕਿ ਸ਼ੈਤਾਨ ਨੇ ਜਿਹੜਾ ਬਣਾ ਖੜਦੀਆਂ ਨੇ ਕਈ ਗੱਲਾਂ, ਚਿਹਰੇ ਔਰ ਹੱਥਾਂ ਤੋਂ ਇਲਾਵਾ ਕੋਈ ਚੀਜ਼ ਸ਼ੋ ਆਫ ਨਹੀਂ ਕਰ ਸਕਦੀਆਂ ਔਰਤਾਂ। ਔਰ ਜੋ ਦਿਲ ਕਰਦਾ ਉਹ ਪਾਉਣ, ਉਹਨਾਂ ਦਿਲ ਕਰਦਾ ਜੀਨਸ ਪਾਉਣ, ਉਹਨਾਂ ਦਿਲ ਕਰਦਾ ਟੀ ਸ਼ਰਟਾਂ ਪਾਉਣ, ਜੋ ਮਰਜ਼ੀ ਉਹਨਾਂ ਦਿਲ ਕਰਦਾ ਉਹ ਪਾਉਣ, ਲੇਕਿਨ ਜਿਹੜਾ ਲਬਾਦਾ ਉਹਦੇ ਉੱਪਰ ਉੜਿਆ ਜਾਏਗਾ, ਉਹ ਜਿਹੜਾ ਨਾ ਇੱਕ ਐਸੀ ਚਾਦਰ ਹੋਏਗੀ ਜਾਂ ਐਸਾ ਬੁਰਕਾ ਹੋਏਗਾ ਜਾਂ ਐਸੀ ਚੀਜ਼ ਹੋਏਗੀ ਕਿ ਉਹ ਉਹਨੂੰ ਪੂਰਾ ਕਵਰ ਕਰ ਲਵੇ, ਅੰਦਰ ਵਾਲੇ ਕੱਪੜੇ ਜਿਹੜੇ ਮਰਜ਼ੀ ਪਾਉਣ। ਹਾਂ, ਆਮ ਤੌਰ 'ਤੇ ਜਵਾਬ ਆਇਆ ਹੋਏਗਾ ਕਿ ਇਹ ਪੈਂਟਾਂ ਪੁੰਟਾਂ ਕਈ ਆਉਂਦੀਆਂ, ਸਕਾਫ ਸਕੂਫ ਮਸਜਿਦਾਂ ਵਗੈਰਾ ਜਿੱਥੇ ਬੱਚੀਆਂ ਨੂੰ ਪਾ ਦਿੰਦੇ ਨੇ, ਤਾਂ ਯੰਗ ਬੱਚੀਆਂ ਹੁੰਦੀਆਂ ਨੇ, ਤਾਂ ਉਹ ਥੱਲੇ ਜੀਨਸ ਦੀ ਪੈਂਟ, ਜੀਨਸ ਦੀ ਪੈਂਟ ਪਾਉਣਾ ਤਾਂ ਹਰਾਮ ਨਹੀਂ ਹੈ, ਅਗਰ ਤੁਸੀਂ ਜੀਨਸ ਦੀ ਪੈਂਟ ਦੇ ਨਾਲ ਤੁਹਾਡਾ ਫਿਗਰ ਸ਼ੋ ਹੋ ਰਿਹਾ ਹੈ। ਅੱਲਾਹ ਤਾਲਾ ਇਹ ਨਹੀਂ ਕਹਿੰਦਾ, ਯਾਨੀ ਕਿ ਇਸਲਾਮ ਦੇ ਵਿੱਚ ਇਹ ਚੀਜ਼ਾਂ ਨਹੀਂ ਨਾ ਕਿ ਕਿਹੜੀ ਚੀਜ਼ ਜਿਹੜਾ ਨਾ ਪਾਣੀ ਹੈ, ਕਿਹੜੀ ਚੀਜ਼ ਇਸਲਾਮ ਨੇ ਤੁਹਾਨੂੰ ਕੁਛ ਜਿਹੜਾ ਨਾ ਇੱਕ ਇਨਸਾਨ ਨੂੰ ਐਟਰੀਬਿਊਟਸ ਔਰ ਕ੍ਰਾਈਟੇਰੀਆਜ਼ ਦੱਸ ਦਿੰਦੇ ਨੇ ਕਿ ਇਹ ਚੀਜ਼ਾਂ ਕੁਆਲੀਫਾਈ ਕਰਦੀਆਂ, ਇਹ ਚੀਜ਼ਾਂ ਜਿਸ ਤਰ੍ਹਾਂ ਪਰਦੇ ਦੇ ਜਿਹੜੇ ਹਿਜਾਬ ਉਹ ਨੇ, ਉਹ ਇਹੋ ਹੀ ਹੈ ਕਿ ਸਿਰ ਤੋਂ ਲੈ ਕੇ ਪੈਰ ਤੱਕ ਜਿਹੜਾ ਨਾ ਉਹ ਇੱਕ ਈਜ਼ੀ ਕੱਪੜਿਆਂ ਦੇ ਵਿੱਚ ਜਾਏਗੀ ਔਰਤ, ਔਰ ਕਈ ਜਿਹੜਾ ਨਾ ਹੱਥਾਂ ਨੂੰ ਔਰ ਚਿਹਰੇ ਨੂੰ ਵੀ ਉਹ ਕਵਰ ਕਰੇਗੀ। ਕਈ ਉਲਮਾ ਕਹਿੰਦੇ ਨੇ ਕਿ ਇਹਨਾਂ ਦੀ ਰੁਖਸਤ ਹੈ, ਉਹਦੀ ਵੀ ਇੱਕ ਇੱਕ ਲਹਿਦਾ ਤਹਿਕੀਕ ਹੈ ਕਿ ਉਹਦੀ ਇੱਕ ਮਕਾਸਦ ਸ਼ਰੀਆ ਕਹਿੰਦੇ ਨੇ ਕਿ ਅਸੀਂ ਹਰ ਸ਼ਰੀਅਤ ਦੀ, ਹਰ ਵਿਜ਼ਡਮ ਦਾ ਕੋਈ ਬੈਕਗ੍ਰਾਉਂਡ ਜ਼ਰੂਰ ਹੈ ਕਿ ਹੱਥ ਔਰ ਚਿਹਰੇ ਵਾਸਤੇ ਕੀ ਹੈ। ਜਿਸ ਤਰ੍ਹਾਂ ਅੱਜ ਕੱਲ੍ਹ ਦੇ ਹਾਲਾਤ ਨੇ, ਸਾਡੇ ਪਾਕਿਸਤਾਨ ਦੇ ਆਪਣੇ ਅੰਦਰ ਹਾਲਾਤ ਨੇ, ਬੰਬ ਬਲਾਸਟਿੰਗ ਵਗੈਰਾ ਹੁੰਦੀ ਹੈ, ਅਤੇ ਲੋਕ ਫਿਰ ਬੁਰਕੇ ਦਾ ਨਜਾਇਜ਼ ਫਾਇਦਾ ਚੁੱਕਦੇ ਨੇ। ਸ਼ਾਇਦ ਅੱਲਾਹ ਤਾਲਾ ਨੇ ਇਹ ਲਈ ਰੁਖਸਤ ਇਸ ਲਈ ਜਿਹੜਾ ਨਾ ਛੱਡੀ ਹੋਵੇ ਕਿ ਮੌਕਾ ਮਲ ਦੇ ਨਾਲ ਜਿਹੜਾ ਨਾ
ਅਗਰ ਸਾਰਿਆਂ ਨੂੰ ਬੁਰਕੇ ਵਿੱਚ ਪਾ ਦਿਓ ਤਾਂ ਸ਼ਰਾਰਤ ਕਰਨ ਵਾਲੇ ਲੋਕ ਵੀ ਜਿਹੜੇ ਨਾ ਉਹ 'ਚ ਬੁਰਕਾ ਪਾ ਕੇ ਤਾਂ ਔਰਤਾਂ ਬਣ ਕੇ ਤਾਂ ਬੰਬ ਬਲਾਸਟਿੰਗ ਕਰਨਗੇ ਜਾਂ ਇਹੋ ਜਿਹਾ ਕੁਝ ਕਰਨਗੇ ਤਾਂ ਇੱਕ ਤਾਂ ਸ਼ਾਇਦ ਇਹ ਵਾਲੀ ਵੀ ਐਸਪੈਕਟ ਅੱਲਾਹ ਤਾਲਾ ਦੇ ਆਫਕੋਰਸ ਹੋਣਗੇ ਲੇਕਿਨ ਆਮ ਤੌਰ ਦੇ ਉੱਪਰ ਉਹਦੇ ਮਕਾਸਦ ਸ਼ਰੀਆ ਦੀ ਪੜ੍ਹਾਈ ਜਾਂਦੀ ਹੈ ਕਿ ਕਿਸੇ ਔਰਤ ਦੇ ਨਾਲ ਨਿਕਾਹ ਕਰਨ ਵਾਸਤੇ ਉਹਦੀਆਂ ਹਥੇਲੀਆਂ ਔਰ ਉਹਦਾ ਚਿਹਰਾ ਇਹ ਕਾਫੀ ਹੁੰਦਾ ਹੈ ਕਿਸੇ ਦੂਸਰੇ ਇਨਸਾਨ ਨੂੰ ਜਿਹੜਾ ਨਿਕਾਹ ਦੀ ਨੀਅਤ ਰੱਖਦਾ ਹੈ ਕਿ ਉਹਦੇ ਹਥੇਲੀਆਂ ਔਰ ਉਹਦੇ ਚਿਹਰੇ ਤੋਂ ਉਹਦੀ ਪੂਰੀ ਬਾਡੀ ਦੀ ਸਕਿਨ ਦਾ ਪਤਾ ਚੱਲ ਜਾਂਦਾ ਹੈ ਕਿ ਇਹ ਕਿੰਨੀ ਇੱਕ ਸਾਫ਼ ਸਕਿਨ ਹੈ ਜਾਂ ਕਿਹੜੀ ਸਕਿਨ ਹੋਏਗੀ ਇਸ ਔਰਤ ਦੀ ਔਰ ਪਲੱਸ ਉਸ ਔਰਤ ਦਾ ਹੱਥਾਂ ਦੀਆਂ ਉਂਗਲੀਆਂ ਦੇ ਮੋਟਾਪੇ ਤੋਂ ਔਰ ਚਿਹਰੇ ਦੇ ਉੱਪਰੋਂ ਅੰਦਾਜ਼ਾ ਲੱਗ ਜਾਂਦਾ ਹੈ ਕਿ ਇਹਦੀ ਜਸਾਮਤ ਕਿਸ ਤਰ੍ਹਾਂ ਦੀ ਹੋਏਗੀ ਕਿ ਉਹ ਤੁਹਾਡੇ ਵਾਸਤੇ ਬੇਸਿਕਲੀ ਜਿਹੜਾ ਨਾ ਆਈਡੀਅਲ ਹੈ ਕਿ ਨਹੀਂ ਆਈਡੀਅਲ ਇਹ ਨਾ ਹੋਵੇ ਕਿ ਪੂਰੇ ਦਾ ਪੂਰਾ ਅਸੀਂ ਇਹਨੂੰ ਕਵਰ ਕਰਕੇ ਅਤੇ ਉਹ ਫਿਰ ਬਾਅਦ 'ਚ ਉਹਨੂੰ ਨਾਪਸੰਦ ਹੋਵੇ ਤਾਂ ਫਿਰ ਬਾਅਦ 'ਚ ਤਲਾਕ ਵਗੈਰਾ ਦੇ ਕੋਈ ਮਸਾਇਲ ਪੈਦਾ ਨਾ ਹੋਣ ਅਤੇ ਇਹ ਇੱਕ ਜਿਹੜਾ ਨਾ ਰੁਖਸਤ ਹੈ ਲੇਕਿਨ ਕਈ ਲੋਕ ਇਹਨੂੰ ਨਹੀਂ ਲੈਂਦੇ ਤਾਂ ਉਹਨੂੰ ਵੀ ਅਸੀਂ ਗਲਤ ਨਹੀਂ ਕਹਿ ਸਕਦੇ ਹਾਂ ਅਤੇ ਕਈ ਲੋਕ ਉਹਨੂੰ ਲੈਂਦੇ ਨੇ ਲੇਕਿਨ ਇਹ ਕਿ ਹੱਜ ਦੇ ਵਿੱਚ ਵੀ ਇਹ ਦੋ ਚੀਜ਼ਾਂ ਦੀ ਰੁਖਸਤ ਹੈ ਬਲਕਿ ਰੁਖਸਤ ਕੀ ਹੈ ਹੱਜ ਦੇ ਵਿੱਚ ਤਾਂ ਬੇਸਿਕਲੀ ਕਰ ਹੀ ਨਹੀਂ ਸਕਦੇ ਲੇਕਿਨ ਇਹ ਤੂੰ ਅਦਰ ਦੈਨ ਦੈਟ ਉਹ ਕੱਪੜਾ ਜਿਹੜਾ ਨਾ ਉਹ ਟ੍ਰਾਂਸਪੈਰੈਂਟ ਨਾ ਹੋਵੇ ਦੁਪੱਟਾ ਹੋਵੇ ਜਿਹੜਾ ਆਮ ਤੌਰ 'ਤੇ ਪਾਕਿਸਤਾਨ 'ਚ ਦੁਪੱਟਾ ਲਿਆ ਜਾਂਦਾ ਹੈ ਉਹ ਸਹੀ ਚੀਜ਼ ਨਹੀਂ ਹੈ ਉਹ ਟੋਟਲੀ ਟ੍ਰਾਂਸਪੈਰੈਂਟ ਦੁਪੱਟੇ ਬਣਾਏ ਦੇ ਨੇ ਜਿਹੜੇ ਇੱਕ ਆਰ ਪਾਰ ਜਿੱਥੋਂ ਨਜ਼ਰ ਆ ਜਾਂਦਾ ਉਹ ਜੋ ਪੂਰੀ ਬਿਊਟੀ ਨਜ਼ਰ ਆਉਂਦੀ ਹੈ ਔਰਤ ਦੀ ਉਹ ਜੋ ਬਲਕਿ ਖੈਰ ਦੁਪੱਟੇ ਤਾਂ ਦੂਰ ਰਹਿ ਗਏ ਅੱਜ ਕੱਲ੍ਹ ਤਾਂ ਕੱਪੜੇ ਵੀ ਫਿਗਰ ਬਹੁਤ ਜਿਹੜਾ ਟਾਈਟ ਹੁੰਦਾ ਉਹ ਸਹੀ ਨਹੀਂ ਹੈ ਔਰ ਟ੍ਰਾਂਸਪੈਰੈਂਟ ਨਹੀਂ ਹੋਣੇ ਚਾਹੀਦੇ ਔਰ ਐਸੇ ਮੁਸ਼ਾਬਾ ਨਹੀਂ ਹੋਣੇ ਚਾਹੀਦੇ ਕਿਹੜੇ ਨਾ ਆਪੋਜ਼ਿਟ ਸੈਕਸ ਦੇ ਨਾਲ ਜਿਹੜਾ ਨਾ ਮੈਚ ਕਰਦੇ ਹੋਣ ਕਿ ਔਰਤ ਦੇ ਮਰਦ ਵਾਲੇ ਕੱਪੜੇ ਨਹੀਂ ਹੁੰਦੇ ਮਰਦ ਦੇ ਔਰਤ ਵਾਲੇ ਕੱਪੜੇ ਨਹੀਂ ਹੋਣੇ ਚਾਹੀਦੇ ਔਰ ਇਸ ਤਰ੍ਹਾਂ ਜਿਹੜਾ ਨਾ ਹੋਰ ਚੀਜ਼ਾਂ ਨੇ ਲੇਕਿਨ ਇਹ ਸਾਰੀਆਂ ਚੀਜ਼ਾਂ ਬੇਸਿਕਲੀ ਆ ਜਿਹੜੇ ਗਾਣਾ ਬਜਾਣਾ ਮਿਊਜ਼ਿਕ ਔਰ ਜਿਹੜੀ ਔਰਯਾਨੀਅਤ ਹੈ ਇਹ ਦੋ ਮੇਨ ਟੂਲ ਸੀ ਸ਼ੈਤਾਨ ਦੇ ਅਤੇ ਇਹ ਫਿਰ ਬਹੁਤ ਵੱਡੀਆਂ ਦੂਸਰੀਆਂ ਚੀਜ਼ਾਂ ਵੱਲ ਵੀ ਲੈ ਕੇ ਚਲੇ ਜਾਂਦੇ ਨੇ ਅਤੇ ਇਸ ਤਰ੍ਹਾਂ ਹੀ ਹੋਰ ਜਿਹੜੀਆਂ ਬਦਸ਼ੁਕਰੀਆਂ ਕਰਨੀਆਂ ਉਹ ਸ਼ੈਤਾਨ ਜਿਹੜੇ ਹੋਰ ਜਿਹੜੇ ਚੱਕਰ ਚਲਾਉਂਦਾ ਵੈ ਸ਼ੱਕ ਪੈਦਾ ਕਰ ਦੇਣਾ ਜਿਹੜੀਆਂ ਸ਼ਰਾਬ ਦੇ ਵਿੱਚ ਔਰ ਇੱਕ ਇਨਸਾਨ ਦੀ ਇੱਕ ਹੋਰ ਚੀਜ਼ ਹੈ ਜਿਹੜੀ ਸ਼ੈਤਾਨ ਕਰਦਾ ਕਮਜ਼ੋਰੀ ਪੈਦਾ ਕਰਨ ਦਾ ਔਰ ਕੁਰਾਨ ਦੇ ਅੰਦਰ ਕੁਰਾਨ ਨਹੀਂ ਪੜ੍ਹਨ ਦਿੰਦਾ ਅਤੇ ਉਹ ਜਿਹਨੂੰ ਕਹਿੰਦੇ ਨਾ ਕਿ ਕੌਨਫੀਡੈਂਸ ਇਨਸਾਨ ਦਾ ਆਪਣੇ ਅੰਦਰੋਂ ਉਹ ਖਤਮ ਹੋ ਜਾਂਦਾ ਹੈ ਸਮ ਟਾਈਮ ਇਨਸਾਨ ਕੋਈ ਜਿਹੜਾ ਨਾ ਗੱਲ ਕਰਨਾ ਚਾਹੁੰਦਾ ਉਹਦੇ 'ਚ ਅਬਿਲਿਟੀ ਅੱਲਾਹ ਤਾਲਾ ਨੇ ਰੱਖੀ ਉਹ ਗੱਲ ਕਰ ਸਕਦਾ ਅੱਲਾਹ ਦੀ ਗੱਲ ਸੁਣਾ ਸਕਦਾ ਲੇਕਿਨ ਉਹ ਸਮਝਦਾ ਸ਼ਰਮ ਖਾਂਦਾ ਜਾਂ ਉਹ ਇਹ ਸਮਝਦਾ ਕਿ ਯਾਰ ਮੈਂ ਕੰਮ ਨਹੀਂ ਕਰਦਾ ਸਾਰੇ ਸ਼ੈਤਾਨੀ ਵਸਵਸੇ ਨੇ ਹਰ ਬੰਦਾ ਹਰ ਕੰਮ ਕਰ ਸਕਦਾ ਵੈ ਅਤੇ ਮਾਯੂਸੀ ਹੈ ਉਹ ਨਾ ਉਮੀਦੀ ਪੈਦਾ ਕਰ ਦੇਣੀ ਇੱਕ ਇਨਸਾਨ 'ਚ ਜ਼ੁਲਮ ਮਜ਼ਲੂਮ ਬਹੁਤ ਜ਼ਿਆਦਾ ਬਣਾ ਦੇਣਾ ਅਤੇ ਉਹਦੇ ਉੱਪਰ ਚੁੱਪ ਕਰਾ ਦੇਣਾ ਜਾਂ ਬਹੁਤ ਵੱਡਾ ਜ਼ਾਲਮ ਬਣਾ ਦੇਣਾ ਜਾਂ ਰਿਆਕਾਰੀ ਔਰ ਦਿਖਾਵਾ ਔਰ ਕਿਉਂਕਿ ਰਿਆਕਾਰੀ ਔਰ ਦਿਖਾਵਾ ਦੇ ਉੱਪਰ ਤਾਂ ਕੁਰਾਨ ਪਾਕ ਜੀ ਉਹ ਕਿਸੇ ਜਗ੍ਹਾ ਦੇ ਉੱਪਰ ਆਏ ਤਾਂ ਬਕਾਇਦਾ ਤੌਰ 'ਤੇ ਕਿ ਇੰਨਾ ਸ਼ੈਤਾਨ ਅਕਾਨੂ ਇਖਵਾਨ ਸ਼ਿਆ ਇੰਨਾ ਇੰਨ ਅਲ ਮੁਬੱਦਰੀਨ ਅਕਾਨੂ ਇਖਵਾਨ ਸ਼ਿਆਤੀਨ ਜਿਹੜੇ ਸਾਡੇ ਸ਼ਾਦੀ ਵਿਆਹਾਂ ਦੇ ਵਿੱਚ ਜਿਹੜਾ ਅੱਜ ਕੱਲ੍ਹ ਬੜਾ ਮਸਲਾ ਚੱਲ ਰਿਹਾ ਹੈ ਬਹੁਤ ਜ਼ਿਆਦਾ ਸ਼ੋਅ ਆਫ ਕਰਦੇ ਹੈ ਇਹ ਤਾਂ ਸਾਰੇ ਸ਼ੈਤਾਨ ਦੇ ਭਰਾ ਜਿਹੜੇ ਨਾ ਅੱਲਾਹ ਤਾਲਾ ਨੇ ਕਿਹਾ ਤਾਂ ਇਸ ਤਰ੍ਹਾਂ ਹੀ ਕਿਸੇ ਉਹਨੂੰ ਗੁੱਸਾ ਚੜਾ ਦੇਣਾ ਕਿਸੇ ਦੇ ਅਸਰ ਪੈਦਾ ਕਰ ਦੇਣਾ ਕਿਸੇ ਦੇ ਬੇਸਬਰੀ ਬੇਚੈਨੀ ਬੇਕਰਾਰੀ ਰਾਤ ਨੂੰ ਟਾਈਮ ਨੀਂਦ ਨਹੀਂ ਆਉਣੀ ਮੈਨੂੰ ਮੇਰੇ ਇੱਥੇ ਕਈ ਜਾਣਨ ਵਾਲੇ ਇਸ ਵਕਤ ਕਈ ਜਾਣਨ ਵਾਲੇ ਕਹਿੰਦੇ ਨੇ ਕਿ ਕਈ ਸਾਲ ਹੋ ਗਏ ਉਹਨਾਂ ਨੂੰ 2-3 ਘੰਟੇ ਤੋਂ ਜ਼ਿਆਦਾ ਨੀਂਦ ਨਹੀਂ ਆਉਂਦੀ ਅਤੇ ਬਹਰਹਾਲ ਲੌਂਗ ਸਟੋਰੀ ਸ਼ਾਰਟ ਹੈ ਕਿ ਇਹ ਸਾਰੀਆਂ ਚੀਜ਼ਾਂ ਉਹ ਪੈਦਾ ਕਰਦਾ ਅਤੇ ਉਹ ਜਾਦੂ ਦੇ ਜ਼ਰੀਏ ਜਾਂ ਜਿੰਨਾਤ ਜਾਂ ਸ਼ਿਆਤੀਨ ਨਾ ਇਨਸਾਨ ਨੂੰ ਉਹਦਾ ਦਿਮਾਗ ਜਿਹੜਾ ਜਿਸ ਵੇਲੇ ਡਿਸਟਰਬ ਕਰ ਦੇਣਾ ਤਾਂ ਕਿਸੇ ਇਨਸਾਨ ਦੇ ਉੱਪਰ ਜਿੰਦਾ ਜਾਂ ਸ਼ੈਤਾਨ ਦਾ ਚਲੇ ਜਾਣਾ